ਤੈਨੂੰ ਪਤਾ ਆਪਾਂ ਹਰ ਸਾਲ ਬਾਬੇ ਉਹ ਟ੍ਰਿਪ ਤੇ ਜਾਂਦੇ ਹੁੰਦੇ ਆ ਯਾਤਰਾ ਤੇ ਤੇ ਪਿਛਲੇ ਸਾਲ ਗਏ ਸੀਗੇ ਲੇਹ ਲਦਾਖ ਵੱਲ ਉਹ ਵੀ 1 ਜੂਨ ਨੂੰ ਗਏ ਸੀ ਤੇ ਅੱਜ ਕੀ 3 ਜੂਨ ਹੋ ਗਈ ਅੱਜ 3 ਜੂਨ ਹੈ 2022 ਹੈ ਤੇ ਅੱਜ ਬਾਬੇ ਉਹ ਨਵਾਂ ਟ੍ਰਿਪ ਹੈ ਪਿਛਲੀ ਵਾਰ 2 ਗੱਡੇ ਸੀ ਇਸ ਵਾਰ 1 ਗੱਡੀ ਹੈ ਪਿਛਲੀ ਵਾਰ 8 ਬੰਦੇ ਸੀ ਇਸ ਵਾਰ 5 ਬੰਦੇ ਨੇ ਤੇ ਬੰਦੇ ਉਹੀ ਨੇ ਇੱਕ ਬੰਦਾ ਨਵਾਂ ਹੈ ਉਹ ਵੀਡੀਓ ਬਣਾਈ ਜਾਂਦਾਗਾ ਤੇ ਇਹ ਟ੍ਰਿਪ ਹੈਗਾ ਆਪਣਾ ਬਾਬੇ ਨੇਪਾਲ ਸਿੱਕਮ ਅਸਾਮ ਭਟਾਨ ਲਖਨਊ ਹੋਰ ਬਾਕੀ ਪਤਾ ਨਹੀਂ ਕੀ ਕੁਛ ਹੋ ਜਿਹੜਾ ਵੀ ਕੁਛ ਆਊਗਾ ਡਾਰਜਲਿੰਗ ਵਗੈਰਾ ਮੇਨ ਮੇਨ ਚੀਜ਼ਾਂ ਨੇ ਉਹ ਦਿਖਾਵਾਂਗੇ ਤੁਹਾਨੂੰ ਇਸ ਵਾਰ ਤੇ ਆਪਣੇ ਨਾਲ ਰਿਸ਼ੀ ਮੁਨੀ ਬਹੁਤ ਦੂਰੋਂ ਆਏ ਨੇ ਇੱਕ ਤੁਹਾਡੇ ਨਾਲ ਤੋਂ ਮਨਾਉਣੇ ਬਹੁਤ ਦੂਰੋਂ ਦੇਖੋ ਜੀ ਮਹਾਰਾਜ ਦਾ ਬੱਚਾ ਦੇਖੋ ਜੀ ਜਟਾਂ ਵਾਲੇ ਬਾਬੇ ਵੀ ਸਾਡੇ ਨਾਲ ਨੇ ਅੱਜ ਨਾਮ ਕੀ ਹੈ ਹੈਲੋ ਬਹੁਤ ਦੂਰ ਹੈ ਨਾਮ ਰਾਜ ਦੱਸੇ ਨਹੀਂ ਇਹਨਾਂ ਨੇ ਗੁਪਤਾ ਹੈ ਹਾਂ ਗੁਪਤਾ ਤੇ ਬਾਕੀ ਸੁਣ ਕੇ ਕਿਹਦਾ ਧਰੋ ਗਰਾ ਪਾਉਂਦੇ ਆ बिना उसे कुछ नहीं बटी मेरे धरते बह गए पानी पीए बस पानी बोतल सामने ठंडे सारा कुछ दिखावांगे बाबिओ नेपाल सिक्किम असाम भूटान ठीक है ते तुसी देखो जी थोड़ा मूड बनता तो आ जाओ थोड़ा सारा ए टू जेड जिवें भी है लोकेशन किवें किवें जाना कितना खर्चा थोड़ा सारा कुछ दिखा देंगे वो तो साडा जिहड़ा टारगेट है ਐਵੇਂ ਵੀ ਕਈ ਬੰਦੇ ਫਿਰ ਵਿਚਾਰੇ ਦਰਸ਼ਕ ਵੇਟ ਕਰੀ ਜਾਂਦੇ ਨੇ ਵੀ ਸਾਨੂੰ ਖਰਚਾ ਦੱਸੋ ਕਿੰਨਾ ਕੁ ਆ ਗਿਆ ਹੁਣ ਜਿਵੇਂ ਅਸੀਂ ਗੱਡੀ 'ਚ ਆ ਰਹੇ ਫੋਰਚੂਨਰ 'ਚ 5 ਜਾਣੇ ਅਸੀਂ 25-25 ਹਜ਼ਾਰ ਪਾ ਕੇ ਬਾਬੇ ਫਿਰ ਚੱਲੇ 25-25 ਹਜ਼ਾਰ ਤਾਂ ਲੱਗਣਾ ਹੀ ਲੱਗਣਾ ਆਪਣਾ ਕੋਈ ਪੈਸੇ ਹਾਂ ਆਪਾਂ ਤੇਰੇ ਖਰਚੇ ਚੱਲੇ ਹਾਂ ਇਹ ਤਾਂ ਫ੍ਰੀ ਖਰਚੇ 'ਚ ਹੈ ਯਾਰ ਫ੍ਰੀ ਖਰਚੇ ਹਾਂ ਤੇ ਬਸ ਇੰਨਾ ਕੁ ਮੰਨ ਕੇ ਚੱਲਿਓ 15 ਦਿਨਾਂ ਦਾ ਟ੍ਰਿਪ ਹੈ ਅੱਜ ਹੈਗੀ ਹੈਗੀ 3 ਹਨਾ 3 ਜੂਨ ਅਜੇ ਪੰਜਾਬ 'ਚ ਹੀ ਹਾਂ ਰਸਤੇ 'ਚ ਜਾ ਰਹੇ ਹਾਂ ਜੀ ਤੇ ਅੱਜ ਆਪਾਂ ਕਿੱਥੇ ਰੁਕਣਾ ਲਖਨਊ ਹਾਂ ਅੱਜ ਲਖਨਊ ਰੁਕਣਾ ਬਾਬੇ ਲਖਨਊ ਤੇ ਸੀ ਪੀ ਮਾਸਟਰ ਨੇ ਸੀ ਪੀ ਫੈਕਟਰੀ ਕਰ ਚੁੱਕਿਆ ਬਾਬਿਓ ਬਾਬਿਓ ਆਗਰਾ ਰੁਕਣਾ ਨਹੀਂ ਹੈਗਾ ਸੀ ਸਿੱਧਾ ਜਾਣਾ ਲਖਨਊ ਬਹੁਤ ਹੀ ਸਿਰਾ ਰੋਡ ਆ ਬਾਬਿਓ ਕਿੰਨਾ ਘੈਂਟ ਰੋਡ ਹੈ ਗੱਡੀ ਬਾਬਿਓ 100 ਤੇ ਜਾਂਦੀ ਹੈ ਪਰ 200 ਤੇ ਵੀ ਚਲਾ ਸਕਦੇ ਤੇ ਐ ਲੱਗਦੇ ਆ 20 ਤੇ ਜਾਂਦੀ ਜੇ ਇੱਧਰ ਦੇਖੋ ਬਹੁਤ ਹੀ ਨਜ਼ਾਰੇਦਾਰ ਰੋਡ ਹੈ ਅੱਜ ਅਸੀਂ ਰੁਕਣਾ ਲਖਨਊ ਦੇਖਦੇ ਆ ਕਿੰਨਾ ਤੱਕ ਪਹੁੰਚ ਜਾਂਦਾ ਹੁਣ ਹੀ ਆਪਣਾ ਹੋਇਆ ਜੀ ਹੁਣ ਟਾਈਮ ਹੋਇਆ ਹਾਂ ਆਏ ਹੋਏ ਆ ਬਾਬੇ ਇਹ
ਨਿਕਲਦੀ ਯਾਰ ਹਾਂ ਇਹ ਤਾਂ ਗੱਡੀ ਉਹਦੀ ਰਸਦੀ ਆ ਚੱਲ 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 ਮੁੰਡਿਆ ਕਿੱਧਰੋਂ ਲੈ ਆਇਆ ਉਹ ਇੱਟਾ ਕੰਗਾ ਗੱਡੀ ਬੈਠਣ ਸਟਿਪਣੀ ਬਦਲਣ ਪਤਾ ਨੀ ਕੀ ਕੁਛ ਹੋਊਗਾ ਗੁੱਠੀ ਗੋਲੀ ਜਾਂਦਾ ਜੋਸ਼ ਆ ਗਿਆ ਜੀ ਪਲੇਅਰ ਚ ਜੋਸ਼ ਆ ਗਿਆ ਪਲੇਅਰ ਕਹਿੰਦੇ ਲਖਨਊ ਜਾਣਾ ਰਾਤ ਨੂੰ 9 ਵਜੇ ਪਹੁੰਚਣਾ ਪੂਰਾ ਹੋ ਜਾ ਪੈਂ ਦਾ ਤੈਨੂੰ ਨਾ ਕੋਈ ਅਗਲੇ ਪਹੁੰਚਾ ਦੇ ਬਾਬੇ ਖਾਣ ਪੀਣ ਵਾਲਾ ਕੰਮ ਤਾਂ ਬੁਰਾ ਹੋਈ ਲੱਗਦਾ ਖਾਣ ਪੀਣ ਵਾਲਾ ਕੰਮ ਤਾਂ ਬਾਬੇ ਦੂਜੇ ਲੋਟ ਹੀ ਲੱਗਦਾ ਇੱਥੇ ਦੇਖਦੇ ਪਹਿਲਾਂ ਇਹਨਾਂ ਨੇ ਬਾਬੇ ਮੋਮੋਸ ਖਾਲੇ ਕਿਵੇਂ ਰਹੇ ਬਾਈ ਮੋਮੋਸ ਬਾਬੇ ਪਚਕਾਰੀ ਵਾਲੇ ਮੋਮੋਸ ਖਾਲੇ ਇਹਨਾਂ ਨੇ ਭੈਣ ਚੋਦ ਇੱਧਰ ਦਾ ਬਾਬੇ ਦੇਖਦੇ ਆ ਬਾਬੇ ਰੋਟੀ ਕਿੱਥੇ ਮਿਲਦੀ ਆ ਵਧੀਆ ਬਾਬੇ ਰੋਜ਼ ਹੋਲੀ ਖੇਡਦੇ ਨੇ ਉਹਦੀ ਮਾਰਦੇ ਨੇ ਪਿਚਕਾਰੀ ਬਸ ਬਾਬੇ ਲਖਨਊ ਹੈਗਾ ਇੱਥੋਂ 100 ਕਿਲੋਮੀਟਰ ਠੀਕ ਹੈ ਆਗਰਾ ਕ੍ਰੋਸ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਰਾਤ ਨੂੰ ਲਖਨਊ ਰੁਕਣਾ ਕੱਲ੍ਹ ਨੂੰ ਲਖਨਊ ਸਾਰਾ ਘੁੰਮ ਘੁੰਮ ਕੇ ਫਿਰ ਅੱਗੇ ਦੇਖਦੇ ਹਾਂ ਕਿੱਧਰ ਜਾਣਾ 15 ਦਿਨਾਂ ਟ੍ਰਿਪ ਹੈ ਨੇਪਾਲ ਸਿੱਕ ਮਸਾਮ ਭੂਟਾਨ ਅਤੇ ਟਾਇਰ ਦੀ ਸਟਿੱਪਣੀ ਬਦਲਤੀ ਬਾਬੇ ਉਹ ਟਾਇਰ ਹੋ ਗਿਆ ਸੀਗਾ ਪੈਂਚਰ ਆਜੋ ਰੋਟੀ ਰੋਟੀ ਖਾਈਓ ਆਜੋ ਦੇਖੇ ਕਿਵੇਂ ਬੇਟਾ ਬਾਬਿਓ ਲਖਨਊ ਪਹੁੰਚ ਚੁੱਕੇ ਆ ਯੂਪੀ ਦੀ ਰਾਜਧਾਨੀ ਹੈ ਲਖਨਊ ਦੇਖਣ ਨੂੰ ਤਾਂ ਬਾਬੇ ਠੀਕ ਠਾਕ ਜਿਹਾ ਹੀ ਲੱਗ ਰਿਹਾ ਬਾਕੀ ਭਾਈ ਦੇਖਦੇ ਹਾਂ ਗਾਹਾਂ ਜਾ ਕੇ ਸੁਣਿਆ ਤਾਂ ਬਹੁਤ ਆ ਲਖਨਊ ਬਾਰੇ
चलो दिखा दिया लखनऊ मानो पक्का नहीं पता इतने की चीज वधिया केड़ी चीज होटल होटल तो है आप जो लगे देखो बूल केड़ा केड़ा सी एक था बूल बनाइया एक और की सीगा आप ओही पूछ के आप देखो यार जो वधिया नहीं होता पर रहेंगे इतने नहीं आप चल रहे बाबे लखनऊ पहुंच चुके हैं लखनऊ हैगा अपने पंजाब से आप साडे पिंड तो भैन चौधिया ने ब्लॉग दिया रहे भैन चौध 850 किलोमीटर ते बाबे 12.5 घंटे च बाबे पहुंच चुके हैं लखनऊ पंजाब तो नींद रखी जा रही है 11 घंटे बारह घंटे लाते लखनऊ बाबे तुसी फिक्र ना करो हजे तक मैनु पता ब्लॉग थोड़ा ठंडा सी कल नू देखो माहौल किवें भगदा तुरे जाना ज्यो ज्यो नेपाल दे नेड़े जाई जावांगे ठीक है ओके जी ओके डर लेंगे बाय बाय डर मम्मी को ही बेटा लो आप जी बंदे सारे रेडी हो चुके ने समान सारा पैक कर लिया हम सू लखनऊ का कुछ क इदा दिशे दिखाने जिस ज्यादातर सू पिचकारी गैंग मिलेगा पिचकारी गैंग बाबे बहुत खतरनाक गैंग है यूपी के जो कि तुम थां थां देखने मिलेगा पिचकारी गैंग वह भी तुम मिलावे बाबे बहुत ही ज्यादा पुरानी जगह बाबे भूल भलैया जिहड़ा कहिंदे ने बिच्ची ते ताजमहल भी बने हुए लखनऊ दे विच भूल भलैया दे विच एंटर कर चुके आ बाबे चल बे चल हक करा चल ले गेट चल ले गेट हाँ जी यस 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 ਯਾ ਬਾਬੇ ਉਹ ਕੰਟਾ ਕਰ ਓਏ ਚੱਲ ਜੋ ਵੀ ਹੈ ਬਾਬੇ ਉਹ ਇਹ ਲਖਨਊ ਦਾ ਖਲਾਫ ਟਾਵਰ ਬਾਬੇ ਉਹ ਇਹ ਹੈ ਬੜਾ ਬਾਬ ਛੋਟਾ ਬਾਬ ਜੋ ਕਿ ਆਪਨੇ ਦਿਖਾਇਆ ਗਿਆ ਹੈ ਲਖਨਊ ਮੇ ਜੋ ਕਿ ਮਹਾਰਾਣਾ ਸਾਡੇ ਪਿੰਡ ਦਾ ਸੀ ਉਹਨੇ ਬਣਵਾਇਆ ਸੀ ਸਾਡੇ ਪਿੰਡ ਦੇ ਨਾਨਕੇ ਸੀ ਪਹਿਲਾਂ ਸਾਡੇ ਪਿੰਡ ਰਿਹਾ 3 ਸਾਲ ਫਿਰ ਆ ਕੇ ਲਖਨਊ ਰਹਿਣ ਲੱਗਿਆ ਉਹਨੇ ਬਣਾਇਆ ਬਾਬੇ ਬੜਾ ਪੁਰਾਣਾ ਹੈ चलो 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 मुंडियो
ਬਾਬੇ ਉੱਥੇ ਆ ਕੇ ਬੰਦੇ ਖੜਦੇ ਰਾਹੁਲ ਲੈ ਕੇ ਕੱਲੇ ਕੱਲੇ कौन वही रोते आज मुंडे वाले तो डिक्की है ना ਬਾਬੇ ਭੂਲ ਭੁਲਾਈਆਂ ਰਸਤੇ ਬਣਾਏ ਨੇ ਰਾਜੇ ਮਹਾਰਾਜੇ ਦੇ ਪੁਰਾਣੇ ਟਾਈਮ 'ਚ ਉਹਨਾਂ ਨੂੰ ਐਂ ਹੁੰਦਾ ਸੀ ਉਹ ਰਾਣੀਆਂ ਨਾਲ ਬਾਬੇ ਇੱਥੇ ਭੱਜਣ ਭਜਾਈਆਂ ਖੇਡਦੇ ਹੁੰਦੇ ਸੀ ਲੋਕਾਂ ਨੂੰ ਮਜੀਚੀ ਖੇਡਦੇ ਹੁੰਦੇ ਬਾਬੇ ਉਹ ਜਿਹੜੀ ਰਾਣੀ ਨੂੰ ਰਾਜਾ ਲੱਭ ਦਿੰਦਾ ਉਹਦੀ ਕੋਲੋਂ ਚੁਗਲਾ ਠਾਹ ਹੋ ਜਾਂਦਾ ਸੀ ਬਾਬੇ ਉਹ ਇਹ ਸਾਰੇ ਸ਼ੂਟਿੰਗ ਵਾਲੇ ਰਸਤੇ ਫਿਲਮੀ ਵਾਲੇ ਰਸਤੇ ਬੂਤੋਂ ਬਾਬੇ ਜਮਾ ਹੀ ਪਹੁੰਚ ਗਏ ਬਾਬੇ ਬਾਰਡਰ ਤੇ ਪੈਰ 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 ਮੱਚ ਗਏ ਪੈਰ ਮੱਚ ਗਏ ਪੈਰ ਮੱਚ ਆਏ ਹੋਏ ਇੱਧਰ ਨਾ ਜਾਓ ਕੋਈ ਪਤਾ ਨਹੀਂ ਤੇ ਰਾਜਾ ਕੀ ਯਾਰ ਕਾਹਦੇ ਵਾਸਤੇ ਬਣਾਏ ਹੋਣਗੇ ਰਾਜੇ ਮਹਾਰਾਜੇ ਕੀ ਬਿੱਟੂ ਬਣਾਉਣ ਸਮਝੋ ਮਾਰ ਕਿਵੇਂ ਸੋਚ ਕੇ ਬਣਾਏ ਹੋਣਗੇ ਵੀ ਕਾਹਦੇ ਵਾਸਤੇ ਚਲੋ ਬਈ ਜੀਪੀ ਰੋਡ ਵਾਲੇ ਰਸਤੇ ਆ ਗਏ ਬਾਬੇ ਜਮੇ ਜੀਪੀ ਰੋਡ ਵਾਲਾ ਕੰਮ ਹੈ ਨਾ ਕੋਈ
ਤੂੰ ਤਾਂ ਕਿਆ ਸਕੂ ਨਾ ਹੀ ਹੁੰਦਾ ਉੱਥੇ ਕਹਿੰਦਾ ਹੈ ਜਾਣਾ राजे ने गनमैन बंदूक ले कर दो कई बार निगाह रख दो चलो बाबे लखनऊ देखो बाबे कई जगह तो बहुत सोहनिया है लखनऊ दया कई जगह बाबे जमी खतरनाक आए ये है यूपी की राजधानी लखनऊ है बाबे याद कर लो कई बार IPS टैस्ट से तुम तैयारी करनी पे तो क्वेश्चन आ सकता है यूपी की राजधानी की है लखनऊ मुंडे ने सारा पता है ਦੇਖੋ ਮੁੰਡਿਆਂ ਨੇ ਗਰਮੀ ਦਾ ਮੂੰਹ ਚੁਰਸੇ ਗਏ ਨੇ ਜਮਾ ਫੂਕ ਦੇ ਵਿੱਚ ਕੇ ਮੁੰਡਿਆਂ ਕੋਟ ਦਾ ਤਿਲਕਣਪੁਰਾ ਕੋਟ ਦਾ ਨਹੀਂ ਰਾਜਧਾਨੀ ਆ ਤਿਲਕਣਪੁਰਾ ਤਾਂ ਗਵਰਨਰ ਦਾ ਨਾਂ ਹੈਗਾ ਬੱਗਰ ਬੱਕੀ ਫੜ ਓਕੇ ਕਰ ਲਓ ਮੂਤ ਪੈਣ ਦੇ ਖਤਮ ਆ ਫੜੀ ਕਿਹਨਾਂ ਫੋਨ ਫੜ ਕੇ ਰੱਖਿਆ ਮੂਤ ਕਰਕੇ ਆਉਣਾ ਇੱਥੇ ਐਂ ਫੜ ਕੇ ਰੱਖੀ बोर्ड का पानी डूब गया इधर तो जैंगी कसरा ही लग खजानची साहब जी तुसीं बुक कर दो जी समान ਬਾਬੇ ਕੈਸ਼ੀਅਰ ਦੇਖ ਲਓ ਕਿਵੇਂ ਆ ਜਦੋਂ ਬਾਬੇ ਮਾਸ ਸਾਰੀ ਨੇ ਮੇਰੇ ਨਾਲ ਹੋਰ ਚੱਕ ਲਏ ਇੰਨਾ ਮਾਸ ਖਾਂਦੇ ਨੇ ਬਾਬੇ ਕੱਤੇ ਕੁੱਤੇ ਬਿੱਲਿਆਂ ਦਾ ਆ ਦੇਖੋ ਲਾਲ ਜੇ ਸਾਰੇ ਮਾਸ ਸਾਰੇ ਨੇ ਆਪਣਾ ਦਾ ਸੀ ਬਈ ਮੈਨੂੰ ਬਸ ਕੱਲਾ ਇੱਕ ਬਰਗਰ ਹੀ ਮਿਲੂ ਖਾਣ ਨੂੰ ਮੈਂ ਬਿੱਲੇ ਦਾ ਮਾਸ ਤਾਂ ਖਾ ਲੈਣਾ ਨਹੀਂ ਖਾਂਦਾ ਇਹਦਾ ਖੌੜਾ ਖਾਦਾ ਹੋ ਪੈਣ ਜੋ ਤਾਂ ਕੱਟੇ ਕੁੰਡੇ ਦਾ देखा कही टी शर्ट 2000 डेली शर्ट भाई ना दान करने वास्ते लेके किनु करनी है भाई दान मिलने तेन यार नहीं पावांगा पाला 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 यूनिवर्सिटी बाबे साढ़े बड़े नेता करी सी डिग्री बाबे बड़े दूर पढ़ता रहा लखनऊ बहुत सोहनी यूनिवर्सिटी बाबे बहुत स्ट्रॉन्ग बाबे यूपी तो बाबे नेपाल जा रहे हैं बाबे राज अंबा के बागड़े
ਅੱਡੇ ਅੰਬ ਲੱਗਣੇ ਬਾਬਿਓ ਅੱਡੇ ਚੂਪਣ ਵਾਲੇ ਅੰਬ ਵੀ ਨੇ ਕਲਮੀ ਅੰਬ ਵੀ ਨੇ ਬਾਬਿਓ ਦੁਸਹਿਰੀ ਅੰਬ ਵੀ ਨੇ ਤੇ ਲੰਬੇ ਅੰਬ ਵੀ ਨੇ ਬਾਬਿਓ ਬਹੁਤ ਪੰਥੇ ਸਾਰੇ ਦੁਬਾਰੇ ਇਹੀ ਗੱਲ ਫੇਰ ਰਿਪੀਟ ਕਰਦਾ ਕਿ ਮੈਪ ਤੇ ਨਾ ਨਿਰਭਰ ਰਿਹਾ ਕਰੋ ਮਾੜਾ ਮੋਟਾ ਬੰਦਿਆਂ ਨੂੰ ਕਿੱਥੇ ਤੁਸੀਂ ਪੁੱਛ ਲਿਆ ਕਰੋ ਨੇੜੇ ਦੇ ਨੇੜੇ ਰਸਤੇ ਹੁੰਦੇ ਨੇ ਤੇ ਡਰਾਈਵਰ ਚੇਂਜ ਹੋ ਚੁੱਕੇ ਨੇ ਹੁਣ ਟੱਲੇ ਵਾਲੀ ਜੀ ਗੱਡੀ ਚਲਾ ਰਹੇ ਨੇ ਹੁਣ ਟੱਲੇ ਵਾਲੀ ਕਿਵੇਂ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਅੱਛਾ ਜੀ ਆ ਬਾਈ ਥੱਕ ਗਏ ਇਹ ਬਾਈ ਜੀ ਨੂੰ ਚੜ ਗਏ ਸੀ ਬੁਖਾਰ ਇਹਨੂੰ ਦਿੱਤੀ ਹੁਣ ਗੋਲੀ ਇੱਕ ਤਾਂ ਲਾਏ ਤੇ ਟੀਕਾ ਲੋ ਲੋ ਪੀਣ ਦਾ ਤੇ ਟਾਟਾ ਮੀਨ ਦੇ ਤੋਂ ਗੋਲੀ ਦਿੱਤੀ ਨੇ ਹੁਣ ਜਮਾ ਠੀਕ ਹੈ ਹੁਣ ਇਹਦੀ ਇੱਕ ਜੁਲਫ ਬਾਹਰ ਨਿਕਲੀ ਪਈ ਤਾਂ ਦੇਖ ਆ ਮੁੰਡਾ ਕਿਵੇਂ ਉਦਾਸ ਜਿਹਾ ਬੈਠਾ ਹੈ ਇਹ ਮੁੰਡਾ ਤਾਂ ਇਹਨੂੰ ਖੁਸ਼ ਕਰਕੇ ਲੈ ਕੇ ਚੱਲਾਂਗੇ ਜੀ ਮੁੰਡਾ ਹੈ ਜਿਵੇਂ ਕੱਚਾ ਮੁੰਡਾ ਪਹਿਲੀ ਵਾਰ ਪਹਿਲੀ ਵਾਰ ਇਹਨੂੰ ਦਿਖਾਉਣ ਚੱਲਿਆ ਨੂੰ ਪਾਲ ਪੂਰਾ ਸੱਗੂ ਬਾਈ ਜਿਹੜੇ ਵੀਡੀਓ ਬਣਾ ਰਹੇ ਨੇ ਬਾਕੀ ਮੂਹਰੇ ਚੱਲ ਕੇ ਅੰਬ ਲੈਣਾ ਅੰਮ੍ਰਿਤਸਰ ਟੱਲਣਿਆ ਜਿੱਥੇ ਬੜੇ ਬੜੇ ਅੰਬ ਢੇਰਾ ਪਿਆ ਅੰਬ ਰੋਕ ਲਈ ਜਗ੍ਹਾ ਹੋਰ ਕਿਸੇ ਥੱਲੇ ਦਰਾਜ ਤੇ ਥੱਲੇ ਬੈਠ ਕੇ ਵਧੀਆ ਅੰਬ ਚੂਪਾਂਗੇ ਯਾਰ ਨਜ਼ਾਰੇ ਲਵਾਂਗੇ ਅੰਬ ਚੂਪਣ ਵਾਲੀ ਲਈ ਖਾਣ ਵਾਲੇ ਲੈਣੇ ਬੋਦੇ ਸਰ ਵਾਲੇ ਇੱਕ ਕਾਮ ਗਾਠੂ ਮਾੜੂ ਦੇ ਕਹਿੰਦੇ ਕਲਮੀ ਅੰਬਾਂ ਦਾ ਬਾਗ ਆ ਓਏ ਆ ਜੀ ਅੰਬ ਓਏ ਆ ਸੀ ਰੋਕ ਲਾ ਇੱਥੇ ਆ ਗਏ ਬਾਬੇ ਅੰਬ ਅੰਬ ਲੈ ਲਾ ਭੈਣ ਦੀ ਲਾ ਵੀ ਮੁੰਡਾ ਗੱਡੀ ਸਾਈਡ ਤੇ ਲਾ ਦੋ ਗੱਡੀ ਸਾਈਡ ਤੇ ਬਾਬੇ ਪ੍ਰੋਡਿਊਸਰ ਨੂੰ ਬਹੁਤ ਟਾਈਮ ਹੋ ਗਿਆ ਅੰਬ ਅੰਬ ਕਰਦੇ ਨੂੰ ਕਹਿੰਦਾ ਅੰਬ ਲੈਣੇ ਨੇ ਅੰਬ ਲੈਣੇ ਨੇ ਤਿੰਨ ਕਿਲੋ ਬਈ ਪੰਜ ਬੰਦੇ ਆ ਕਿਲੋ ਕਿਲੋ ਦਾ ਖਾਣਗੇ ਬੰਬਈ ਕਾ ਅੰਬ ਹੈ ਸਾਡੇ ਖਜ਼ਾਨਚੀ ਸਾਹਿਬ ਆ ਪਿਓ ਅਰਸੀ ਲੈ ਲਏ ਬਾਬਿਓ ਅੰਬ ਹੁਣ ਕਰਨਗੇ ਚੂਪਾ ਬਰੇਡ ਚਲੋ ਮੁੰਡੇ ਲੈ ਲਏ ਅੰਬ ਜੰਗਲ ਚ ਰੋਕ ਲਿਓ ਬਾਈ ਉੱਥੇ ਬਹਿ ਕੇ ਚੂਪਾਂਗੇ ਬਾਈ ਆਪਦੀ ਆਪਦੀ ਗੁੱਡਲੀ ਸਾਂਭ ਲਿਓ ਬਾਈ ਗੁੱਡਲੀ ਚ ਤੜਾ ਚ ਲੈਣੀ ਤੇ ਮੁੜ ਕੇ ਗੱਡੀ ਤਾਂ ਭੈਣ ਚੋਦ ਦੋ ਤੇਰੀ ਗੱਡੀ ਦੀ ਥੱਲੇ ਉਤਰ ਕੇ ਖਾ ਲਾਂਗੇ ਆ ਥੱਲੇ ਉਤਰ ਕੋ ਨਾ ਬਾਈ ਜੀ ਅੰਬ ਮਿਲ ਕੇ ਪੱਲੀ ਪੁੱਲੀ ਵਿਛਾ ਕੇ ਥੱਲੇ ਐ ਬਾਈ ਜੀ ਖੁਸ਼ ਹੋਣਾ ਬੰਬ ਲੈ ਕੇ ਹਾਂ ਹੁਣ ਬਹੁਤ ਖੁਸ਼ ਹਣ ਬਾਗੋ ਬਾਗ ਆ ਬਾਬਾ ਜੋ ਦੇ ਲਖਨਊ ਤੋਂ ਤੁਰੇ ਦੀ ਅੰਬ ਵੀ ਕਰੀ ਜਾਂਦਾ ਸੀ ਹਾਂ ਪ੍ਰੋਡਿਊਸਰ ਨੂੰ ਤਾਂ ਕਿਰਿਆ ਜਾ ਦੇ ਦੇਖ ਨੇਪਾਲ ਬਾਈ ਬਾਬਿਓ ਅੰਬ ਲੱਗੇ ਪਏ ਨੇ ਬਾਬਿਓ ਅੰਬਾਂ ਦਾ ਬਾਗ ਨੇ ਬਾਬਿਓ ਬੜਾ ਨਜ਼ਾਰਾ ਬਾਬਿਓ ਭਰੇ ਪਏ ਨੇ ਬਾਬਿਓ ਅੰਬ ਤੋੜੋ ਤੇ
ਤੋੜੋ ਤੇ ਖਾਓ ਬਾਬਿਓ ਇਹ ਥੋੜਾ ਕੱਚਾ ਲੱਗਦਾ ਮੈਨੂੰ ਭੈਣ ਦਾ ਯਾਰ ਦੂਜੇ ਨੇ ਭੈਣ ਦੇ ਯਾਰ ਕਲਮੀ ਅੰਬਾਲਾ ਬਾ ਕਿੱਧਰ ਰੰਗ ਆ ਹੋਏ ਉਹ ਪਿੱਛੇ ਰਹੇ ਉੱਥੇ ਜੱਗੂ ਨੇ ਪਿੱਠ ਤੇ ਤਾਂ ਖਾਧੀਆਂ ਨੇ ਆ ਵੀ ਕੱਚਾ ਯਾਰ ਨੇਪਾਲ ਦੇ ਬਾਰਡਰ ਤੇ ਪਹੁੰਚ ਚੁੱਕਿਆ ਬਾਬਿਓ ਕੋਈ ਵੱਡਾ ਬਾਰਡਰ ਨੀ ਮਿਣ ਤਾਂ ਆਏ ਸੀ ਪਤਾ ਨੀ ਕਿੱਡਾ ਕੁ ਬਾਰਡਰ ਹੋਊ ਤਾਂ ਦੂਜੇ ਜਿਹਾ ਕੰਮ ਹੋਏ ਸਿੱਧੇ ਜਾ ਵੜਦੇ ਨੇ ਤਾਂ ਕੰਮ अगले पास लाला ਬਾਬਿਓ ਇਹ ਆ ਬਾਬਿਓ ਬਾਰਡਰ ਠੀਕ ਹੈ ਲੈ ਆਪਣਾ ਉਹਦਾ ਬਾਰਡਰ ਹੈਗਾ ਨੇਪਾਲ ਦਾ ਤੇ ਕੁਛ ਨਹੀਂ ਬਾਬਿਓ ਉਹਨਾਂ ਨੇ ਚੈੱਕ ਚੁੱਕ ਕਰਿਆ ਗੱਡੀ ਭਰੀ ਹੋਈ ਆ ਸਮਾਨ ਸਾਰਾ ਆਈ ਪਿਆਗਾ ਮੈਂ ਕਿਹੜਾ ਬਾ ਮਰਜ਼ੀ ਲੈ ਜਾਓ ਯਾਰ ਭੈਣ ਦੇ ਨਾਲ ਕੋਈ ਚੈੱਕ ਕੁਛ ਨਹੀਂ ਚੈੱਕ ਕਰਨਾ ਠੀਕ ਹੈ ਉਹ ਕਹਿੰਦੇ ਪੱਖਾ ਵੀ ਲੈ ਜਾਏ ਪੱਖਾ ਸੱਜਣਾ ਤੇ ਇਹ ਆ ਬਾਬਿਓ ਨੇਪਾਲ ਦਾ ਬਾਰਡਰ ਤੁਹਾਨੂੰ ਅੱਜ ਦਿਖਾਈ ਦਿੰਦੇ ਆ ਤੁਹਾਨੂੰ ਸਾਡੇ ਭਰੋਸੇ ਨਾ ਰਹਿ ਜਾਓ ਕਿਤੇ ਗਾਣ ਤੇ ਖਾ ਲਿਓ ਠੀਕ ਹੈ ਨਾ ਬਾਬੂ ਸਾਡੀਆਂ ਸਾਗਲੀ ਭੂਣੀਆਂ ਜੀ ਅਸੀਂ ਨਹੀਂ ਛੱਡਦਾ ਉਹਨਾਂ ਨੇ बार्डर लाके अपने इंडिया नेपाल च की फर्क है कोई तार तूर नी मारी कोई मिलिट्री नी कोई कुछ नी यार सौ लेदर लाला गड्डी चढ़ दे ये बनाना पड़ता है बाबे जे गड्डी लेके जानी है हफ्ते का बाबे अपना 2200 रुपया बनया नेपाल 3500 है इंडिया रुपया अपना 2200 क्योंकि उधर जाके अपनी करंसी बढ़ जाती है इतने डाकूमेंट जो बनी जाते जे बंद ने पैदल जाना या बस से जाना या ट्रेन से जाना फिर फ्री आ नेपाल का नंबर नेपाल नेपाल दी करंसी 3500 इंडिया दी 2200 रुपया ठीक है बंदे फ्री ने बंदे ने जाना ट्रेन ते जाना पैदल जाना ठीक है रिक्शे ते जाना तां बंदे दा कोई वीजा लैण दी लोड़ नहीं कुछ नहीं आई एंट्री है फ्री च ठीक है जे तुसीं गड्डी लेके जानी है तां उहदा रेंट लैता है ठीक है ਤੇ ਬਾਕੀ ਨੇਪਾਲ ਚ ਐਂਟਰ ਹੋ ਗਏ ਸੇਮ ਹੀ ਆ ਕੰਮ ਬਾਕੀ ਗਾਂ ਚੱਲ ਕੇ ਤੁਹਾਨੂੰ ਸਾਰਾ ਕੁਝ ਦਿਖਾਉਣੇ ਆ ਰੰਗ ਢੰਗ ਨੇਪਾਲ ਸ਼ੁਰੂ ਬਾਬੇ ਨਾਕੇ ਦੇ ਖੜੇ ਆ ਨੇਪਾਲ ਤੇ ਭੈਣ ਦੀ ਡੋਡਾ ਵਾਲਿਆਂ ਨੇ ਬੜਾ ਫੁੱਦੂ ਖਿੱਚਦੇ ਨੇ ਬਾਬੇ ਤੇ 500 ਰੁਪਿਆ ਦੇ ਕੇ ਬਾਬੇ ਫਿਰ ਗੱਡੀ ਲੰਘਣ ਦਿੰਦੇ ਨੇ ਸੋ ਬਾਬੇ ਰਿਸ਼ਵਤ ਇੱਧਰ ਵੀ ਫੁੱਲ ਚੱਲਦੀ ਹੈ ਆਪਣੇ ਤੋਂ ਵੀ ਬੁਰਾ ਹਾਲ ਹੈ ਬਸ ਥੋੜਾ ਜਿਹਾ ਦਲੇਰੀ ਨਾਲ ਜਾਣਾ ਪੈਂਦਾ ਹੈ ਬਸ ਤੱਕੜ ਜਿਗਰੇ ਕਰਕੇ ਦੱਬੀ ਵੇਰੇ ਕਰਾਂ ਚੱਲ 500 ਦਾ ਕੋਈ ਗੱਲ ਨਹੀਂ ਗੱਲ ਹੈ ਵੀ ਇੱਧਰ ਕੋਈ ਰੂਲ ਰਾਲ ਤਾਂ ਹੈ ਹੀ ਨਹੀਂ ਏਡਾ ਖਾਸ ਸ਼ਹਿਰ ਚ ਆ ਗਿਆ ਬਾਬੇ ਉਹ ਬੁੱਟਫੁੱਲ ਮੁੱਠਫੁੱਲ ਦਾ ਕਹਿੰਦੇ ਬੁੱਟਫੁੱਲ ਹੈ ਬੁੱਟਫੁੱਲ ਨੇਪਾਲ ਦਾ ਸ਼ਹਿਰ ਆ ਬਾਬੇ ਆ ਇੱਧਰ ਨੰਬਰ ਪਲੇਟਾਂ ਨੇ ਦੇਖੋ ਐ ਨੇ ਨੇਪਾਲ ਦੇ ਅਲੱਗ ਨੰਬਰ ਨੇ ਤੇ ਬਾਕੀ ਤੁਹਾਨੂੰ ਬੈਠ ਕੇ ਸਾਰੀ ਕਹਾਣੀ ਦੱਸਦਾ ਬਹੁਤ ਬੰਦੇ ਕਹਿੰਦੇ ਨੇ ਵੀ ਨੇਪਾਲ ਆਪਣੇ ਇੰਡੀਆ 'ਚ ਇਹ ਲੋਕਾਂ ਨੂੰ ਐਂ ਨਹੀਂ ਪਤਾ ਬਾਹਲੇ ਨੂੰ ਉਹ ਭੈਣ ਦੇ ਯਾਰ ਨੇਪਾਲ ਅਲੱਗ ਕੰਟਰੀ ਹੈ ਜਿਨ੍ਹਾਂ ਨੂੰ ਪਤਾ ਉਹ ਤਾਂ ਮੈਨੂੰ ਪਤਾ ਹੈ ਕਈ ਬੰਦਿਆਂ ਨੂੰ ਪਤਾ ਹੀ ਨਹੀਂ
ਉਹਨਾਂ ਵਾਸਤੇ ਦੱਸਦਾ ਵੀ ਨੇਪਾਲ ਇੱਕ ਅਲੱਗ ਕੰਟਰੀ ਆ, ਅਲੱਗ ਦੇਸ਼ ਆ, ਅਲੱਗ ਕਰੰਸੀ ਆ, ਅਲੱਗ ਨੰਬਰ ਨੇ ਇੱਥੋਂ ਦੇ ਤੇ ਅਲੱਗ ਹੀ ਬੰਦੇ ਦੀ ਮੇਰੇ ਇੱਧਰ ਦੇ। ਪੋਖਰਾ ਜਾਣਾ 157 ਕਿਲੋਮੀਟਰ ਹੈ ਤੇ जा रहे हैं पोखरा पहाड़ी एरिया। बुटबल बहुत गर्मी सी, हम पहाड़ी एरिए जा रहे हैं। कहते इधर मौसम वधिया है। यह है बाबे नेपाल, देखो बाबे लगता ना जमा लंडन फिर देखो बाबे बंदे पूरी बागो बागे पोखरा पोखरा दिखा रहे हैं। गर्मी बहुत सी बाबे पोखरा पोखरा इतने सब तो ज्यादातर गड्डिया मिलती ने अपन बाबे देखने यूपी दूपी के गड्ढे से आए फिर भैन चो नेपाल आप देते बहुत गड्डिया पंजाब वाली अपनी एक गड्डी अजे तक पंजाब की कोई गड्डी नहीं मिली अजे तक एक गड्डी है पहली गड्डी है अपनी जा रही है बाकी सारिया यूपी की यूपी यूपी नंबर गड्डी बहुत फिरती है जिन्हों पोच है कितों लखनऊ लखनऊ बाबे थोड़ी भैन नंबर आया बहुत डूंगा बाबे लेह का कड़ा काम ही है बाबे चाइना नाल ये जाके अटैच हो जाता है ਤੁਸੀਂ ਨੇਪਾਲ ਦੀਆਂ ਫੋਟੋਆਂ 'ਚ ਦੇਖਿਆ ਹੋਊਗਾ ਪਾਣੀ ਜਿਹਾ ਆਉਂਦਾ ਉਹ ਇਹੀ ਹੈ ਪਾਣੀ ਜਿਹਾ ਆ ਜਾਂਦਾ ਆਲੇ ਵਾਲੇ ਹਰਿਆਲੀ ਜੀ ਹੁਣ ਤੁਹਾਨੂੰ ਪਤਾ ਫੋਟੋ ਕਿੰਨੀ ਡਿੱਟ ਕਰੀ ਹੁੰਦੀ ਹੈ ਕਿੰਨਾ ਧੱਕਾ ਕਰਿਆ ਹੁੰਦਾ ਉਹਨਾਂ ਨੇ ਤਾਂ ਕਰਕੇ ਉਹਦੇ ਸੋਹਣਾ ਲਾ ਹੁੰਦਾ ਬਾਕੀ ਤਾਂ ਰੇਤਾ ਬੜਾ ਹੁੰਦਾ ਇਹ ਕਹਿੰਦੇ ਧੁੰਦ ਕਿੰਨੀ ਪੈ ਜਾਵਾਂ ਭੋਤਲੀ ਦਾ ਰੇਤਾ ਇਹ ਹੁਣ ਹੈ ਤੁਹਾਨੂੰ ਚੱਲ ਕੇ ਪੋਖਰਾ ਪੋਖਰਾ ਆ ਗਈ ਜੀ ਉਹਨਾਂ ਦੇ ਬੋਲ ਮੋਟਬਲ ਮੋਟਬਲ ਪੋਖਰਾ ਫੁੱਟਬਾਲ ਪੋਖਰਾ ਯਾਦ ਰੱਖ ਬਾਬੇ ਕੁੱਲੂ ਮਨਾਲੀ ਪਹੁੰਚ ਚੁੱਕਿਆ ਕੁੱਲੂ ਮਨਾਲੀ ਕੁੱਲੂ ਮਨਾਲੀ ਨੇਪਾਲ ਦਾ ਕੁੱਲੂ ਮਨਾਲੀ ਹਰਾ ਭਰਾ ਦੇਸ਼ ਆ ਬਾਬੇ ਨੇਪਾਲ ਹਰਾ ਭਰਾ ਤੇ ਇੱਥੇ ਬਾਬੇ ਪੋਖਰਾ ਬਿਲਕੁਲ ਨੇੜੇ ਪਹੁੰਚਣ ਵਾਲੇ ਆ ਇੱਧਰ ਗਰਾਊਂਡ ਆ ਜਿਵੇਂ ਮੈਦਾਨ ਆ ਰੜਾ ਮੈਦਾਨ ਆ ਉਹਨੂੰ ਪੋਖਰਾ ਬਾਕੀ ਹੁਣ ਗੱਲਬਾਤ ਇੱਕ ਬਹਿ ਕੇ ਤੁਸੀਂ ਗੱਲਾਂ ਬਾਤਾਂ ਉਹਨਾਂ ਨਾਲ ਬਾਣੀਆਂ ਕਰਨੀਆਂ ਠੀਕ ਹੈ ਜਿਨ੍ਹਾਂ ਨੇ ਵੀ ਆਉਣ ਦਾ ਪਲਾਨ ਆ ਉਹ ਬਲੌਗ ਮੈਸਣਾ ਕਰੋ ਮੈਨੂੰ ਸਾਰੀ ਕਹਾਣੀ ਦੱਸੋ ਕੀ ਕਹਾਣੀ ਹੈ ਹਾਂ ਉਹ ਬਹਿ ਕੇ ਦੱਸੋ ਠੀਕ ਹੈ ਕਿਉਂਕਿ ਹੁਣ ਮੈਨੂੰ ਘੇਰ ਵੀ ਆ ਰਹੀ ਹੈ ਪਹਾੜਾ 'ਚ ਚਲੋ ਬਈ ਰੋਟੀ ਰੋਟੀ ਖਾਈਏ ਬਾਬਿਓ ਪੋਖਰਾ ਜਾ ਰਹੇ ਪੋਖਰਾ ਹੈ ਨਾ ਪੋਖਰਾ ਹੀ ਜਾ ਰਹੇ ਕਿੱਥੋਂ ਆਏ ਸੀ ਆਪਾਂ ਬੁਟਕਲ 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 ਤੋਂ ਆਏ ਸੀ ਹੁਣ ਜਾ ਰਹੇ ਹਾਂ ਪੋਖਰਾ ਸੁਣ ਦਿਖਾਵਾਂਗੇ ਹਿਮਾਲਿਆ ਪਰਬਤ ਮਾਊਂਟ ਐਵਰੈਸਟ ਜਿਹਨੂੰ ਕਹਿੰਦੇ ਨੇ ਇੱਧਰ ਬੋਲਦੇ ਨੇਗੇ ਸਾਗਰ ਮਾਥਾ ਸਾਗਰ ਮਾਥਾ ਬੋਲਦੇ ਨੇ ਦੁਨੀਆ ਸਭ ਤੋਂ ਉੱਚੀ ਚੋਟੀ ਜਦੋਂ ਆਪਣੇ ਪਹਿਲਾਂ ਕਵਿਤਾ ਆਉਂਦੀ ਸੀ ਉੱਤਰ ਦੇ ਵਿੱਚ ਖੜਾ ਹਿਮਾਲਿਆ ਦੇਸ਼ ਮੇਰੇ ਦਾ ਹੈ ਰਖਵਾਲਾ ਉਹ ਵੀ ਦਿਖਾਵਾਂਗੇ ਤੁਹਾਨੂੰ ਮਾਊਂਟ ਐਵਰੈਸਟ ਪਹਿਲਾਂ ਇੰਡੀਆ 'ਚ ਸੀ ਹੁਣ ਨੇਪਾਲ 'ਚ ਹੈ ਨੇਪਾਲ ਦੀ ਅਲੱਗ ਕਰੰਸੀ ਹੈ ਇੱਧਰ ਸਿਮ ਅਲੱਗ ਆ ਕੇ ਲੈਣੇ ਪੈਂਦੇ ਨੇ ਕੋਈ ਬੰਦੇ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਆਈ ਐਂਟਰੀ ਕਰ ਦਿੰਦਾ ਗੱਡੀ ਦਾ ਪਰਮਿਟ ਲੱਗਦਾ ਉਹ 2 ਮਿੰਟਾਂ 'ਚ ਬਣਾ ਆਉਂਦੇ ਨੇ ਤੁਸੀਂ ਨੇਪਾਲ ਆਉਣਾ ਤਾਂ ਆ ਸਕਦੇ ਹੋ ਨੇਪਾਲ ਸਿੱਕਮ ਅਸਾਮ ਭੂਟਾਨ ਅਸੀਂ 4-5 ਜਿਹੜੀਆਂ ਹੈਗੀਆਂ ਸਟੇਟਾਂ ਉਹ 'ਚ ਘੁੰਮ ਕੇ ਜਾਵਾਂਗੇ ਅਤੇ ਵੈਦਰ ਬਹੁਤ ਘੈਂਟ ਹੈ ਗ੍ਰੀਨਰੀ ਹੈ ਠੰਡਾ ਮੌਸਮ ਹੈ ਮੀਂਹ ਪੈ ਜਾਂਦਾ ਕਦੇ ਮੀਂਹ ਹਟ ਜਾਂਦਾ ਅਤੇ ਆਜੋ 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 ਉਹ ਸਾਹਮਣੇ ਚਾਈਨਾ ਗਾ ਉਹ ਚਾਈਨਾ ਸਾਹਮਣੇ ਉਹ ਦੀ ਨਾ ਉੱਧਰ ਚਾਈਨਾ ਇਹ ਤਾਂ ਇਹਦਾ ਇੱਧਰ ਹੀ ਨੇਪਾਲ 'ਚ ਹੈ ਹਾਂ ਹਾਂ ਪੋਖਰਾ ਪੋਖਰਾ ਕਿੱਧਰ ਹੈ ਭਈਆ ਪੋਖਰਾ ਜਾਂ ਸੇ ਦਿਖਤਾ ਦਿਖਾਈ ਦਿੱਤਾ ਜਾਂ ਨਹੀਂ ਕਿਤਨੇ ਕਿਲੋਮੀਟਰ ਹੈ ਦੂਰ ਕਿਤਨੇ ਕਿਲੋਮੀਟਰ ਹੋਗਾ ਭਈਆ ਪੋਖਰਾ 25 ਇੱਥੋਂ 25 ਰਹਿ ਗਿਆ
125 किलोमीटर है क्या? हाँ पंजाबी, हम पंजाब से हैं। हाँ जी हम पंजाब से आए हैं भैया, तो आ जाओ आ जाओ आ जाओ।